ਹਰ ਵਾਰ ਨਿੱਟੂ ਦਾ ਮਜ਼ਾਕ ਬਣਦਾ, ਹਰ ਵਾਰ ਨਿੱਟੂ ਦਾ ਮਜ਼ਾਕ ਉਡਾਇਆ ਜਾਂਦਾ, ਲੋਕ ਹੱਸਦੇ ਨੇ ਨਿੱਟੂ ਨੂੰ ਦੇਖ ਕੇ, ਲੇਕਿਨ ਨਿੱਟੂ ਜਿਹੜਾ ਉਹ ਡਟਿਆ ਹੋਇਆ ਇਲੈਕਸ਼ਨ। ਦੇਖੋ ਜੀ, ਨਿੱਟੂ ਇੱਕ ਰੱਬ ਦਾ ਬੰਦਾ ਵਾ, ਇਹ ਲੋਕਾਂ ਦੀ ਸਪੋਰਟ ਕਰਨ ਵਾਸਤੇ ਆਇਆ, ਲੋਕਾਂ ਨੂੰ ਇਨਸਾਫ਼ ਦਵਾਉਣ ਵਾਸਤੇ ਆਇਆ। ਅਤੇ ਮੈਂ ਰੱਬ ਦਾ ਨਾਮ ਲਊਂਗਾ ਜੀ ਪਹਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਭਾਵ, ਜੈ ਭਗਵਾਨ ਵਾਲਮੀਕਿ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ, ਹਾਲੇਲੂਇਆ, ਗੌਸਪਾ ਖੁਸ਼ ਨਵਾਲਾ ਤੁਹਾਡਾ ਸਭ ਨੂੰ ਖੁਸ਼ ਰੱਖੇ, ਜੈ ਕਬੀਰ, ਧੰਨ ਕਬੀਰ, ਜਕਾਰਾ ਚਿੰਤਪੁਰਨੀ ਮਾਤਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ। ਨਿੱਟੂ ਦੇ ਫੈਨ ਵੀ ਆ ਗਏ ਆ, ਜਿਹੜੇ ਨਿੱਟੂ ਨਾਲ ਫੋਟੋਆਂ ਵੀ ਖਿਚਾਉਣਾ ਚਾਹੁੰਦੇ ਆ, ਆਪਣੇ ਸਪੋਰਟਰ ਜੀ, ਇਹ ਬੋਰਡ ਵੀ ਪਾਉਣਗੇ ਜੀ ਆਪਾਂ ਨੂੰ, ਬੋਰਡ ਤਾਂ ਕਹਿੰਦੇ ਘਰਦੇ ਨਹੀਂ ਪਾਉਂਦੇ, ਸਪੋਰਟਰ ਕਿੱਥੋਂ ਪਾਣਗੇ। ਦੇਖੋ ਪੰਜਾਬ ਦੀ ਜਵਾਨੀ ਜਾ ਰਹੀ ਹੈ, ਔਰ ਸਾਡੇ ਨਾਲ ਜੁੜੇ ਆ ਸ਼ੇਰਾ ਭਾਜੀ ਸਿੱਧੂ, ਸਿੱਧੂ ਸ਼ੇਰਾ ਭਾਜੀ, ਪੰਜਾਬ ਦੀ ਜਵਾਨੀ ਲਿਆਉਣ ਦੇ ਵਿੱਚ ਜੜੀ ਬੂਟੀਆਂ ਦੇ ਕੇ ਬੰਦੇ ਨਸ਼ਿਆਂ ਤੋਂ ਕੱਢ ਕੇ ਦੂਰ, ਔਰ ਚੰਗੀ ਸਿਹਤ ਦੇ ਰਹੇ, ਫੋਟੋਆਂ ਤੇ ਖਿਚਾਈ ਜਾਂਦੇ, ਵੋਟਾਂ ਦਾ ਕੋਈ ਨਿੱਟੂ ਨੂੰ ਬੰਦਾ ਨਹੀਂ, ਨਿੱਟੂ ਭਾਈ ਦਾ ਪੂਰਾ ਖਿਆਲ ਰੱਖੀਦਾ ਜੀ, ਔਰ ਮੈਂ ਖਿਆਲ ਹੀ ਰੱਖਦੇ, ਵੋਟ ਨਹੀਂ ਬੰਦੇ, ਕਿਉਂਕਿ ਨਿੱਟੂ ਭਾਈ ਲਗਾਤਾਰ ਮੈਂ ਦੇਖ ਰਿਹਾ, ਚੁਣਾਵ ਪ੍ਰਚਾਰ ਪੂਰਾ ਜ਼ੋਰਾਂ ਤੇ ਚੱਲ ਰਿਹਾ ਨਾ ਜੀ, ਨਿੱਟੂ ਆਏ ਸ਼ਕਤੀਮਾਨ ਬਣ ਕੇ ਨਹੀਂ ਆਇਆ, ਅੱਗੇ ਨਿੱਟੂ ਸ਼ਕਤੀਮਾਨ ਬਣ ਕੇ ਆਉਂਦਾ। ਮੈਂ ਤੁਹਾਨੂੰ ਦੱਸਾਂ, ਇਲੈਕਸ਼ਨ ਤੋਂ ਬਾਅਦ ਮੈਂ ਚਾਰ ਬੰਦਿਆਂ ਨੂੰ ਮਿਲਣਾ ਵਾ, ਚਾਰ ਬੰਦਿਆਂ ਦੇ ਪੈਰ ਫੜਨੇ ਵੀ, ਤੁਹਾਨੂੰ ਵੋਟਾਂ ਕਿੱਦਾਂ ਪੈਂਦੀਆਂ, ਮੈਨੂੰ ਨਹੀਂ ਪੈਂਦੀਆਂ ਵੋਟਾਂ, ਕਿੱਦਾਂ ਪੈਂਦੀਆਂ ਵੋਟਾਂ, ਪਾਉਣ ਦਾ ਕੋਈ ਮਕਸਦ ਮੈਨੂੰ ਦੱਸ ਦਿਓ। ਸਭ ਤੋਂ ਪਹਿਲੇ ਸਾਡੇ ਸੀਐਮ ਭਗਵੰਤ ਮਾਨ ਜੀ, ਉਹਨਾਂ ਦੇ ਪੈਰ ਫੜੂੰਗਾ ਕਿ ਤੁਹਾਨੂੰ ਵੋਟਾਂ ਕਿੱਦਾਂ ਪੈਂਦੀਆਂ, ਮੈਨੂੰ ਤਰੀਕਾ ਦੱਸੋ, ਮੈਂ ਵੀ ਉਦਾਂ ਲੋਕਾਂ ਕੋਲ ਪਵਾਵਾਂ। ਸਾਡੇ ਭਗਵੰਤ ਮਾਨ ਜੀ ਸੀਐਮ ਸਾਹਿਬ ਹੈ, ਅਸੀਂ ਮਿਲ ਸਕਦੇ ਹਾਂ। ਔਰ ਦੂਜਾ ਨੰਬਰ ਸਾਡੇ ਚਰਨਜੀਤ ਚੰਨੀ ਸਾਹਿਬ, ਜਿਹੜੇ ਵੀ ਇੱਕ ਲੀਡ ਹੁੰਦੀ, ਲੀਡ ਤੋਂ ਵੀ ਉੱਪਰ ਚਲ ਗਏ, ਇਹਨਾਂ ਦੇ ਪੈਰ ਫੜਨੇ ਜਾ ਕੇ ਵੀ ਤੁਹਾਨੂੰ ਵੋਟਾਂ ਲੋਕੀ ਕਿੱਦਾਂ ਪਾਉਂਦੇ, ਸਾਨੂੰ ਤਰੀਕਾ ਦੱਸ ਦਿਓ। ਸਾਨੂੰ 7 ਇਲੈਕਸ਼ਨ ਹੋ ਗਏ ਲੜਦੇ, 7 ਦੇ 7 ਹਾਰ ਗਏ, ਮੇਰੇ ਵੋਟਾਂ ਸੀਗੀਆਂ ਘਰ ਦੀਆਂ 9, ਤੇ ਜਿਹਨਾਂ ਦੇ 5 ਪਈਆਂ ਸੀਗੀਆਂ, ਠੀਕ ਹੈ ਜੀ। ਪਰ ਲੇਕਿਨ ਮੈਂ ਇੱਕ ਬੰਦੇ ਦੇ ਹੋਰ ਪੈਰ ਫੜਨੇ ਆ, ਰਾਜਾ ਬੜਿੰਗ, ਵੀ ਤੂੰ ਕਿਤੇ ਜਿੱਤ ਗਿਆ, ਕੋਈ ਉਮੀਦ ਨਹੀਂ ਸੀਗੀ ਵੀ ਤੇਰੇ ਪੈਰ ਫੜ ਕੇ ਦੱਸਣਾ ਵੀ ਲੋਕੀ ਤੈਨੂੰ ਵੋਟ ਕਿੱਦਾਂ ਪਾਉਂਦੇ ਆ। ਤੇ ਲਾਸਟਲੇ ਪੈਰ ਦੇ ਜਾਣਾ ਮੈਂ ਮੋਦੀ ਸਾਹਿਬ ਕੋ, ਨਰਿੰਦਰ ਮੋਦੀ ਸਾਹਿਬ ਕੋ, ਵੀ ਤੁਸੀਂ ਸੀਐਮ ਕਿੱਦਾਂ ਬਣ ਗਏ, ਪੀਐਮ ਕਿੱਦਾਂ ਬਣ ਗਏ, ਪਹਿਲਾਂ ਸੀਐਮ ਸੀ, ਬਾਅਦ ਚ ਪੀਐਮ ਬਣੇ, ਠੀਕ ਹੈ ਜੀ। ਪੀਐਮ ਸਾਹਿਬ, ਤੁਹਾਨੂੰ ਲੋਕੀ ਵੋਟਾਂ ਕਿੱਦਾਂ ਪਾਉਂਦੇ ਆ ਮੈਨੂੰ ਦੱਸੋ, ਮੈਂ ਵੀ ਉਹੀ। ਪਰਿਵਾਰਕ ਮੈਂਬਰ ਕਿੰਨੇ ਨੇ? 9 ਹੀ ਆ ਜੀ, ਵਧਿਆ ਨਹੀਂ, ਹਜੇ ਵਿਆਹ ਹੋਊਗਾ ਤਾਂ ਵਧੂਗਾ ਕੋਈ, ਹਜੇ ਵਿਆਹ ਸ਼ਾਦੀ ਹੋਇਆ ਨੀ। ਤੇ ਦੇਖੋ, ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਵੋਟ ਕਿੱਦਾਂ ਪੈਂਦੀ ਮੈਨੂੰ ਸਮਝ ਨਹੀਂ ਆਉਂਦੀ ਜੀ। ਮੈਂ ਪੂਰਾ ਜ਼ੋਰ ਲਾਉਣ ਡਿਆ, ਪੰਜਾਬ ਦੀ ਜਵਾਨੀ ਖਤਰੇ ਜਾ, ਨਸ਼ਾ ਇੰਨਾ ਵਿਕ ਰਿਹਾ, ਇੱਥੇ ਸੀਵਰ ਦੀ ਸਮੱਸਿਆ, ਪਾਣੀ ਦੀ ਸਮੱਸਿਆ, ਬਿਜਲੀ ਸਮੱਸਿਆ, ਐਮ ਪੀ ਇੱਥੋਂ ਦਾ, ਐਮ ਐਲ ਏ ਇੱਥੋਂ ਦੇ, ਕੌਂਸਲਰ ਇੱਥੋਂ ਦੇ, ਕੋਈ ਕੁਛ ਨਹੀਂ ਕਰ ਸਕਿਆ। ਸਰਕਾਰ ਇਹਨਾਂ ਦੀ, ਸਰਕਾਰ ਆਈ ਗਈ, ਨਿੱਟੂ ਨੂੰ ਵੋਟ ਪੈਂਦੀ ਕਿਉਂ ਨਹੀਂ? ਮੈਂ ਹੀ ਤਾਂ ਇਹਨਾਂ ਦੇ ਚਾਰਾਂ ਬੰਦਿਆਂ ਦੇ ਪੈਰ ਫੜ ਕੇ ਪੁੱਛਣਾ, ਮੈਂ ਭਰਾਵਾ ਮੈਨੂੰ ਤਰੀਕਾ ਦੱਸ ਦਿਓ, ਕੋਈ ਹਵਨ ਕਰਾਓ ਜਾਂ ਕੋਈ ਹਵਨ ਨਹੀਂ ਕਰਾਉਣਾ। ਮੈਂ ਪਹਿਲਾਂ ਸਭ ਤੋਂ ਭਗਵੰਤ ਮਾਨ ਜੀ ਦੇ ਪੈਰ ਫੜਨੇ, ਵੀ ਮੈਨੂੰ ਤਰੀਕਾ ਦੱਸੋ ਤੁਸੀਂ ਕਿੱਦਾਂ ਵੋਟਾਂ ਜਿੱਤੇ ਹੋ, ਲੋਕਾਂ ਨੂੰ ਸਾਹਸ ਆ ਕੇ ਅਸੀਂ ਮਰ ਗਏ ਹਾਂ। ਨਹੀਂ, ਨਿੱਟੂ ਕੋ ਪੈਸਾ ਕਿੱਥੋਂ ਆਉਂਦਾ ਜਦੋਂ ਸ਼ਟਰਾਂ ਦਾ ਕੰਮ ਤਾਂ ਬੰਦ ਹੋ ਗਿਆ, ਤਾਂ ਹੁਣ ਜਦੋਂ ਇਲੈਕਸ਼ਨ ਲੜਨ ਲਈ ਕਿੰਨੇ ਪੈਸੇ ਲਾਏ? ਤੁਹਾਨੂੰ ਹੈਰਾਨਗੀ ਦੀ ਗੱਲ ਆ, ਮੈਂ 1 ਰੁਪਈਆ ਵੀ ਲੋਕਾਂ ਕੋ ਫੰਡ ਲਿਆ, ਕਿਸੇ ਨੇ ਮੈਨੂੰ ਮਜ਼ਾਕ ਤੌਰ ਤੇ 1 ਰੁਪਇਆ ਦਿੱਤਾ, ਮੈਂ ਉਹਦੇ ਕੋ ਫੰਡ ਲਿਆ, ਕਿਸੇ ਨੇ 50 ਪੈਸੇ ਮੈਂ ਉਹਦੇ ਕੋ ਫੰਡ ਲਿਆ, ਫੰਡ ਦਾ ਮਤਲਬ ਆ ਫੰਡ, ਕਿਸੇ ਟਾਈਮ ਤੇ ਸਾਡੇ ਕੋ 1 ਰੁਪਇਆ ਨਾ ਹੋਣ, ਕਿੰਨੇ ਪੈਸੇ? ਨਿੱਟੂ ਕੋ ਹੁਣ ਕੋਈ ਪੈਸਾ ਨੀਗਾ, ਨਿੱਟੂ ਕੋ ਸਿਰਫ 20 ਰੁਪਏ ਆ। ਇਲੈਕਸ਼ਨ ਲੜਨ ਲਈ ਨਿੱਟੂ ਫਿਰ ਕਿੱਥੇ ਜਾਂਦਾ? ਦੇਖੋ ਲੋਕਾਂ ਦੇ ਮਜ਼ਾਕ ਉਡਾ ਰਹੇ, ਤੁਹਾਡਾ ਉਡਾਈ ਜਾਂਦੇ ਹੋ, ਮਜ਼ਾਕ ਉਡਾ ਰਹੇ, ਹੱਸੀ ਜਾਂਦੇ ਹੋ, ਇਹਨਾਂ ਨੇ 10-10 ਰੁਪਏ ਹੱਸ ਕੇ ਫੋਟੋਆਂ ਖਿਚਾ ਕੇ ਚਲੇ ਨਾ, ਵੋਟ ਨਹੀਂ ਪਾਣੀ, ਕਿਉਂ ਨਹੀਂ ਪਾਣੀ? ਇਹਨਾਂ ਵਿੱਚ ਰੱਬ ਵਸਦਾ, ਬੈਸਟ ਵਾਲੇ ਬੰਦੇ ਰੱਬ ਵਾ ਸਾਡੇ ਯਾਰ, ਹੱਸਦੇ ਕਿਉਂ ਬੰਦੇ ਦੇ ਉੱਤੇ? ਫਿਰ ਕੀ, ਆਪ ਤਾਂ ਹੱਸਣਾ ਚਾਹੀਦਾ, ਖੂਨ ਵਧੇਗਾ ਹੱਸਣਾ, ਕੋਈ ਗੱਲ ਨਹੀਂ ਭਾਜੀ, ਇਹ ਜ਼ਿੰਦਗੀ ਆ। ਕਹਿੰਦਾ ਬਣ ਮਸਤ ਮੌਲਾ ਤੂੰ, ਲੁੱਟ ਨਜ਼ਾਰੇ ਜ਼ਿੰਦਗੀ ਦੇ, ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਾਜੇ ਤੁਰ ਗਏ ਨੇ। ਸੋ ਸਾਡਾ ਜਿਹੜਾ, ਮੈਂ ਇੱਕ ਈਵੈਂਟ ਚਲਾਇਆ, ਮੈਂ ਨਿੱਟੂ ਨੇ ਪਿਛਲੇ ਇਲੈਕਸ਼ਨ ਚ ਤਾਂ ਤੋਬਾ ਕਰ ਲਈ ਸੀ ਕਿ ਮੈਂ ਹੁਣ ਇਲੈਕਸ਼ਨ ਨਹੀਂ ਲੜਨੀ, ਮੈਂ ਚੰਨੀ ਲਈ ਪ੍ਰਚਾਰ ਕਰਦਾ। ਸਾਡੇ ਵਾਸਤੇ ਤੂੰ ਐਮਪੀ ਹੈ, ਸਾਡਾ 18,099 ਲੋਕ ਕਹਿੰਦੇ ਤੂੰ ਸਾਡਾ ਐਮਪੀ ਹੈ, ਅਸੀਂ ਤੈਨੂੰ ਵੋਟ ਪਾਈ ਆ। ਨਿੱਟੂ ਨੇ ਇਸ ਵਾਰ ਕਿੰਨੀ ਵੋਟ ਪਾਈ ਜੀ? 1899 ਵੋਟ ਪਾਈ ਹੈ ਜੀ, ਮੈਨੂੰ, ਮੈਂ ਤੁਹਾਨੂੰ ਦੱਸ ਰਿਹਾ ਇਸ ਵਾਰ ਕਿੰਨੀ ਪਈ? ਇਸ ਵਾਰੀ ਬੈਸਟ ਵਾਲ ਦੱਸਣਗੇ ਜੀ, ਔਰ ਸਾਡੇ ਚਿੰਕੂ ਸ਼ੀਸ਼ਿਆਂ ਵਾਲੇ ਪ੍ਰਧਾਨ ਜੀ ਸਾਡੇ ਇੰਡੀਆ ਦੇ ਪ੍ਰਧਾਨ ਹੈ, ਇਹ ਸਾਡੇ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਦੇ, ਹੁਣ ਪਾਰਟੀ ਸਾਡੇ ਕੋਲ ਆ ਗਈ ਆ, ਇਹ ਪ੍ਰਧਾਨ ਆ, ਮੈਂ ਉਪ ਪ੍ਰਧਾਨ ਆ, ਸਰਦਾਰ ਸੁੱਚਾ ਸਿੰਘ ਜੀ ਸਾਡੇ ਰਹਿਬਰ ਆ।
ਬੈਟ ਵੀ ਸਿੰਪਲ ਹੈ। ਹਾਂਜੀ, ਬੈਟ ਦਾ 12 ਨੰਬਰ ਨਿਸ਼ਾਨ ਹੈ। ਦੇਖੋ ਇਹ ਬੈਸਟ ਵਾਰ, ਫਿਰ ਹਰਾ ਦੋਗੇ ਇਹਨਾਂ ਨੂੰ? ਬੇਚਾਰੇ ਨਾਲ ਕਰਦੇ ਨਹੀਂ, ਪੁਰਾਣਾ ਪਿਆਰ ਪਿਆਰ ਹੀ ਹੈ, ਵੋਟਾਂ ਨੀ ਹੈਗੀਆਂ, ਵੋਟਾਂ ਤਾਂ ਸਾਡੇ ਖਾਸ ਬੰਦੇ ਉਹਨਾਂ ਨੂੰ ਨੀ ਪਾਣੀਆਂ ਇੰਡੀਆ ਦੀ ਜਵਾਨੀ ਬਚਾਉਣੀ ਹੈ। ਮੈਂ ਤੇ ਸਾਡੇ ਸ਼ੇਰਾ ਭਾਜੀ ਹਰਵਲ ਸਿੱਧੂ ਸ਼ੇਰਾ ਭਾਜੀ ਨੇ ਜੜੀ ਬੂਟੀਆਂ ਤਿਆਰ ਕੀਤੀਆਂ, ਲੋਕਾਂ ਨਸ਼ੇ ਤੇ ਤਿਆਰ, ਲੋਕਾਂ ਨਸ਼ੇ ਤੋਂ ਹਟਣ ਦੇ ਦੂਰ, ਔਰ ਲੋਕੀ ਤਾਕਤਵਰ ਸਿਹਤ ਪਾਉਣਗੇ, ਮੋਟਾਪਾ ਨਾ ਘੱਟ ਕਰਾਉਣਾ ਆਪਾਂ ਲੋਕਾਂ ਨੂੰ। ਦੇਖੋ ਵਧੀਆ ਸਿਹਤ ਲੱਗਦੀ, ਸ਼ਕਤੀਮਾਨ ਤੋਂ ਅੱਜ ਕਿਵੇਂ ਕੁੜਤੇ ਪਜਾਮੇ ਜਾ ਗਏ ਸਰ? ਤੁਸੀਂ ਇਹ ਦੇਖਿਓ, ਸ਼ਕਤੀਮਾਨ ਕਿਉਂ ਨਹੀਂ? ਇਹ ਤੁਸੀਂ ਦੇਖਿਓ ਵੀ ਤਾਂ ਹੀ ਪੰਜਾਬ ਵਿੱਚ ਲੋਕੀ ਸਾਨੂੰ ਅਸੀਂ ਇੱਕ ਵੋਟ ਕਹਿੰਦੇ ਨਾ, ਸਾਨੂੰ ਇਹਨਾਂ ਨੇ ਪ੍ਰਧਾਨ ਮੰਤਰੀ ਬਣਾ ਸਿਰਫ 4 ਘੰਟੇ ਵਾਸਤੇ, ਇੰਡੀਆ ਅਮੀਰ ਕਰਕੇ ਦਿਖਾਉਣਾ ਆਪਾਂ। ਔਰ ਜਿਹੜਾ ਸ਼ੇਰਾ ਸਿੱਧੂ ਭਾਜੀ ਹੈਗੇ ਆ, ਸ਼ੇਰਾ ਸਿੱਧੂ ਸਾਡੇ ਭਾਜੀ, ਉਹਨਾਂ ਨੇ ਸਾਡਾ ਵਚਨ ਕੀਤਾ, ਵਾਅਦਾ ਕੀਤਾ ਵੀ ਮੈਂ ਤੇਰੇ ਨਾਲ ਆ, ਇੰਡੀਆ ਨੂੰ ਆਪਾਂ ਨਸ਼ਾ ਮੁਕਤ ਕਰਾਉਣਾ ਵਾ, ਔਰ ਪੰਜਾਬ ਨੂੰ ਇੱਕ ਨਵੀਂ। ਨੌਜਵਾਨ ਤਾਂ ਤੁਹਾਡੇ ਨਾਲ ਹੈ ਨੀ? ਨੌਜਵਾਨ ਸਾਡੇ ਨਾਲ ਜ਼ਰੂਰ ਹੈ। ਨੀਟੂ ਦੇ ਜਿਹੜੇ ਲੋਕ ਨੇ, ਨੀਟੂ ਹਰ ਵਾਰ ਇਲੈਕਸ਼ਨ ਲੜਦਾ, ਹਾਸੇ ਦਾ ਪਾਤਰ ਵੀ ਬਣਦਾ ਲੋਕ। ਔਰ ਦੇਖੋ ਜੀ, ਆਪਾਂ ਜਿੱਤਾਂਗੇ ਤੇ ਜੰਗ ਜਾਰੀ ਆ। ਔਰ ਸਾਡਾ ਜਿਹੜਾ ਦੇਖਣ ਵਾਲੇ ਸਾਰੇ ਆਉਂਦੇ ਨੇ, ਫੋਟੋ ਖਿਚਾਉਣ ਆਉਂਦੇ, ਕੋਈ ਵੋਟ ਨਹੀਂ ਪਾਉਂਦਾ, ਅੰਦਰੋਂ ਅੰਦਰ ਹੀ ਪਾਈ ਜਾ ਰਹੇ ਵੋਟਾਂ। ਸ਼ੇਰਾ ਸਿੱਧੂ ਭਾਜੀ ਸਾਡੇ ਜਿਹੜੇ ਉਹ ਸਾਨੂੰ ਸਪੋਰਟ ਕਰਦੇ ਪਏ ਆ, ਸਾਨੂੰ ਬਾਕੀ ਇਹ ਹੈ ਕਿ ਸਾਨੂੰ ਲੱਗਦਾ ਪਿਆ ਸਾਨੂੰ ਜਿੱਤਾਂਗੇ ਪੱਕਾ ਜਿੱਤਾਂਗੇ।